कोरोना वायरस महामारी ਦਾ ਕੋਈ ਇਲਾਜ ਫਿਲਹਾਲ ਗੁੱਝਾ ਪੇਤ ਬਣਿਆ ਹੋਇਆ ਹੈ ਪੂਰੀ ਦੁਨੀਆ ਦੇ ਮੁਲਕ ਇਸ ਮਹਾਮਾਰੀ ਦਾ ਹੱਲ ਕੱਢਣ ਲਈ ਦਿਨ ਰਾਤ ਲੱਗੇ ਹਨ ਮਹਾਮਾਰੀ ਦੇ ਇਲਾਜ ਲਈ ਵੈਕਸੀਨ ਦਵਾਈ ਦੀ ਇਜ਼ਾਦ ਲਈ ਕੋਸ਼ਿਸ਼ਾਂ ਜਾਰੀ ਹਨ ਤਾਂ ਇਸ ਦਰਮਿਆਨ ਅਮਰੀਕਾ ਵੱਲੋਂ ਕੋਵਿਡ-19 ਮਹਾਮਾਰੀ ਦੇ ਇਲਾਜ ਲਈ ਰੈਮੇਡੀਸਵਿਅਰ ਨਾਂ ਦੀ ਦਵਾਈ ਤੇ ਭਰੋਸਾ ਕਰਦਿਆਂ ਕਿਹਾ ਗਿਆ ਹੈ ਕਿ ਇਸ ਗੱਲ ਦੇ ਸਪਸ਼ਟ ਸਬੂਤ ਮਿਲੇ ਹਨ ਕਿ ਇਹ ਦਵਾਈ ਕੋਵਿਡ-19 ਦੇ ਮਰੀਜ਼ਾਂ ਨੂੰ ਠੀਕ ਕਰ ਸਕਦੀ ਹੈ। ਇਸ ਖਬਰ ਤੇ ਨਸ਼ਰ ਹੋਣ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸਿਹਤ ਮੰਤਰਾਲੇ ਦੀ ਪ੍ਰੈਸ ਕਾਨਫਰੰਸ 'ਚ ਇਸ ਦਵਾਈ ਦਾ ਜ਼ਿਕਰ ਕੀਤਾ ਗਿਆ। ਰੈਮੇਡੀਸਵਿਅਰ ਦਵਾਈ ਨਾਲ ਆਸ ਦੀ ਕਿਰਨ ਤਾਂ ਵੱਜੀ ਹੈ ਪਰ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦਾ ਕਹਿਣਾ ਹੈ ਕਿ ਇਸ ਦੇ ਅੱਗੇ ਹੋਰ ਵੀ ਕੁਝ ਕਹਿਣ ਤੋਂ ਪਹਿਲਾਂ ਫਿਲਹਾਲ ਥੋੜਾ ਰੁਕਣਾ ਚਾਹੀਦਾ ਹੈ ਉਹਨਾਂ ਕਹੇ ਕਿ ਰੈਮਡੇਸੀਵੀਰ ਉਹਨਾਂ तमाम ਮੈਡੀਕਲ ਪ੍ਰੋਟੋਕੋਲ ਜੋ ਇੱਕ ਹੈ ਜਿਨ੍ਹਾਂ ਨੂੰ ਦੁਨੀਆ ਭਰ ਵਿੱਚ ਪਰਖਿਆ ਜਾ ਰਿਹਾ ਹੈ ਕੋਵਿਡ-19 ਦੇ ਇਲਾਜ ਲਈ ਅਜੇ ਤੱਕ ਕੋਈ ਤੈ ਇਲਾਜ ਜਾਂ ਪ੍ਰੋਟੋਕੋਲ ਨਹੀਂ ਅਪਣਾਇਆ ਜਾ ਰਿਹਾ ਹੈ ਰੈਮਡੇਸੀਵੀਰ ਵੀ ਉਹਨਾਂ ਅਧਿਐਨਾਂ ਚੋਂ ਹੀ ਇੱਕ ਹੈ ਜੋ ਹਾਲ ਹੀ ਵਿੱਚ ਛਪੀਆਂ ਹਨ। ਅਧਿਐਨ ਵਿੱਚ ਸਾਬਤ ਨਹੀਂ ਹੋਇਆ ਕਿ ਦਵਾਈ 100% ਮਦਦਗਾਰ ਹੈ। ਹਾਲਾਂਕਿ ਇਸ ਮਾਮਲੇ ਵਿੱਚ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਅਸੀਂ ਹੋਰ ਸਬੂਤਾਂ ਦਾ ਇੰਤਜ਼ਾਰ ਕਰ ਰਹੇ ਹਾਂ। ਜੇਕਰ ਰੈਮਡੇਸੀਵੀਰ ਦਵਾਈ ਜਾਂਚ ਵਿੱਚ ਸਫਲ ਸਾਬਤ ਹੁੰਦੀ ਹੈ ਤਾਂ ਅੱਗੇ ਦੀ ਕਾਰਵਾਈ ਕੀ ਹੋਵੇਗੀ ਅਤੇ ਭਾਰਤ ਵਿੱਚ ਇਹ ਦਵਾਈ ਕਿਵੇਂ ਪਹੁੰਚੇਗੀ ਇਹ ਵੀ ਵੱਡੇ ਸਵਾਲ ਹਨ। ਆਈਐਸਐਮਆਰ ਦੇ ਜਾਣਕਾਰਾਂ ਮੁਤਾਬਕ ਪਹਿਲਾਂ ਭਾਰਤੀ ਨਾਗਰਿਕਾਂ ਉੱਤੇ ਇਸ ਦਵਾਈ ਦਾ ਅਸਰ ਵੇਖਿਆ ਜਾਵੇਗਾ ਕਿ ਕਿਤੇ ਕੋਈ ਨੈਗੇਟਿਵ ਪ੍ਰਭਾਵ ਤਾਂ ਨਹੀਂ ਇਸ ਸੰਬੰਧੀ ਅਧਿਐਨ ਕੀਤਾ ਜਾਵੇਗਾ। ਦੇਸ਼ ਵਿੱਚ ਕਿਸੇ ਵੀ ਨਵੀਂ ਦਵਾਈ ਨੂੰ ਪਹਿਲਾ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਮਨਜ਼ੂਰੀ ਦਿੰਦਾ ਹੈ ਇਸ ਸਬੰਧੀ ਉਹ ਆਈਐਸਐਮਆਰ ਨਾਲ ਤਕਨੀਕੀ مشਵਰਾ ਕਰਦੇ ਹਨ ਇਹ ਸਾਰਾ ਕੁਝ ਤੈ ਕਾਨੂੰਨ ਤਹਿਤ ਹੁੰਦਾ ਹੈ ਆਈਐਸਐਮਆਰ ਮੁਤਾਬਕ ਦੁਨੀਆ ਭਰ ਵਿੱਚ ਕੋਵਿਡ-19 ਦੇ ਇਲਾਜ ਦੀ ਭਾਲ ਲਈ 300 ਤੋਂ ਵੱਧ ਸਟੱਡੀਜ਼ ਚੱਲ ਰਹੀਆਂ ਹਨ ਭਾਰਤ ਵਿੱਚ ਵੀ ਕਈ ਕਲੀਨਿਕਲ ਟ੍ਰਾਇਲ ਕੀਤੇ ਜਾ ਰਹੇ ਹਨ ਰਿਮਡੇਸਿਵੀਰ ਇੱਕ ਐਂਟੀਵਾਇਰਲ ਦਵਾਈ ਹੈ ਜਿਸ ਨੂੰ ਇਬੋਲਾ ਦੇ ਇਲਾਜ ਲਈ ਬਣਾਇਆ ਗਿਆ ਸੀ ਅਮਰੀਕਾ ਵਿੱਚ ਇਸ ਦਵਾਈ ਦਾ ਕੋਵਿਡ-19 ਦੇ ਇਲਾਜ ਵੱਜੋਂ ਪ੍ਰੀਖਣ ਗਿਲੀਏ ਨਾਂ ਦੀ ਕੰਪਨੀ ਕਰ ਰਹੀ ਹੈ ਭਾਰਤ ਦੀ ਸਭ ਤੋਂ ਵੱਡੀ ਖੋਜ ਸੰਸਥਾ ਸੀਐਸਆਈਆਰ ਦੇ ਡਾਇਰੈਕਟਰ ਜਨਰਲ ਡਾਕਟਰ ਸ਼ੇਖਰ ਮੰਡੇ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤ ਵਿੱਚ ਇਹ ਦਵਾਈ ਕਿਵੇਂ ਆਵੇਗੀ ਇਹ ਸਭ ਕੰਪਨੀ ਦੇ ਵਪਾਰ ਕਰਨ ਦੀ ਨੀਤੀ ਤੇ ਨਿਰਭਰ ਕਰਦਾ ਹੈ ਕੰਪਨੀ ਕੋਲ ਦੋ ਤਿੰਨ ਬਦਲ ਹਨ ਹਾਲਾਂਕਿ ਉਸ ਤੋਂ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ ਪਰ ਇਹ ਮੁਕੰਮਲ ਤੌਰ ਤੇ ਗਿਲਿਅਡ ਕੰਪਨੀ ਦਾ ਅੰਦਰੂਨੀ ਮਾਮਲਾ ਹੈ ਕਿਉਂ ਭਾਰਤ ਵਿੱਚ ਇਸ ਦਵਾਈ ਨੂੰ ਕਿਸ ਤਰ੍ਹਾਂ ਲਿਆਵੇਗੀ ਵੇਖਿਆ ਜਾਏ ਤਾਂ ਹਾਈਡਰੋਕਲੋਰੋਕਵਿਨ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿੱਧਾ ਭਾਰ ਸਰਕਾਰ ਨਾਲ ਸੰਪਰਕ ਕੀਤਾ ਸੀ ਇਹ ਦਵਾਈ ਮੰਗਵਾ ਲਈ ਸੀ ਤਾਂ ਕਿ ਭਾਰਤ ਵੀ ਅਮਰੀਕਾ ਵਾਂਗ ਸਿੱਧਾ ਸੰਪਰਕ ਸਾਧ ਕੇ ਦਵਾਈ ਨਹੀਂ ਮੰਗਵਾ ਸਕਦਾ ਇਸ ਬਾਰੇ ਡਾਕਟਰ ਸ਼ੇਖਰ ਦਾ ਕਹਿਣਾ ਹੈ ਕਿ ਦੋਵੇਂ ਵੱਖਰੇ ਮਾਮਲੇ ਹਨ ਹਾਈਡਰੋਕਲੋਰੋਕਵਿਨ ਬਹੁਤ ਪੁਰਾਣੀ ਦਵਾਈ ਹੈ ਅਤੇ ਇਸ ਦਾ ਕੋਈ ਪੇਟੈਂਟ ਵੀ ਨਹੀਂ ਪਰ ਰੈਮੈਡੈਸਿਵੀਅਰ ਇੱਕ ਨਵੀਂ ਦਵਾਈ ਹੈ ਅਤੇ ਇਸ ਦਾ ਪੇਟੈਂਟ ਵੀ ਹੈ ਇਸ ਲਈ ਹਾਈਡਰੋਕਲੋਰੋਕਵਿਨ ਜਨਰਿਕ ਕੰਪਨੀ ਬਣਾ ਸਕਦੀ ਹੈ ਅਤੇ ਕਿਸੇ ਨੂੰ ਵੀ ਵੇਚ ਸਕਦੀ ਹੈ ਪਰ ਇਹ ਦਵਾਈ ਗਲੀਅਰਡ ਕੰਪਨੀ ਦੀ ਮਾਲਕੀਅਤ ਹੈ ਇਸ ਲਈ ਕੰਪਨੀ ਹੀ ਤੈਅ ਕਰੇਗੀ ਕਿ ਕੌਣ ਬਣਾ ਸਕਦਾ ਹੈ ਅਤੇ ਕੌਣ ਵੇਚ ਸਕਦਾ ਹੈ ਜੇਕਰ ਰੈਮੈਡੈਸਿਵੀਅਰ ਜਾਂਚ ਵਿੱਚ ਸਫਲ ਹੋ ਜਾਂਦੀ ਹੈ ਤਾਂ ਜ਼ਾਹਿਰ ਹੈ ਕਿ ਦੁਨੀਆ ਭਰ ਦੇ ਦੇਸ਼ ਇਸ ਨੂੰ ਲੈਣਾ ਚਾਹਣਗੇ ਅਜਿਹਾ ਵੀ ਇੱਕ ਕੰਪਨੀ ਹੋ ਸਕਦਾ ਹੈ ਕਿ ਸਥਾਨਕ ਕੰਪਨੀਆਂ ਨੂੰ ਪੇਟੈਂਟ ਦੇ ਕੇ ਉੱਥੇ ਦਵਾਈ ਬਣਵਾ ਸਕੇ ਡਾਕਟਰ ਸੇਖਰ ਕਹਿੰਦੇ ਹਨ ਕਿ ਕੰਪਨੀ ਦੀ ਇਹ ਰਣਨੀਤੀ ਜ਼ਰੂਰ ਹੋਵੇਗੀ ਕਿ ਉਹ ਭਾਰਤੀ ਕੰਪਨੀਆਂ ਨਾਲ ਸੰਪਰਕ ਕਰੇ ਕਿਉਂਕਿ ਭਾਰਤੀ ਕੰਪਨੀਆਂ ਦੀ ਸਮਰੱਥਾ ਬਹੁਤ ਚੰਗੀ ਹੈ ਜੇਕਰ ਅਮਰੀਕੀ ਕੰਪਨੀ ਕੁਝ ਭਾਰਤੀ ਕੰਪਨੀਆਂ ਨੂੰ ਪੇਟੈਂਟ ਦੇਣਾ ਚਾਹੇ ਤਾਂ ਵੱਡੀਆਂ ਕੰਪਨੀਆਂ ਆਸਾਨੀ ਨਾਲ ਦਵਾਈ ਬਣਾ ਲੈਣਗੀਆਂ ਇਸ ਲਈ ਗਿਲਿਟ ਕੰਪਨੀ ਦੀ ਰਣਨੀਤੀ ਤੇ ਹੀ ਸਭ ਕੁਝ ਨਿਰਭਰ ਕਰਦਾ ਹੈ ਭਾਰਤ ਡਰੱਗ ਨਿਰਮਾਤਾ ਐਸੋਸੀਏਸ਼ਨ ਦੇ ਸਖਤਰ ਜਨਰਲ ਧਾਰਾ ਪਟੇਲ ਅਨੁਸਾਰ ਰੈਮੇ ਡੇਸੀਵਰ ਦਵਾਈ ਦਾ ਪੇਟੈਂਟ 2035 ਤੱਕ ਦਾ ਹੈ। ਉਹਨਾਂ ਦੱਸਿਆ ਕਿ ਭਾਰਤ ਦੀਆਂ ਤਿੰਨ ਦਵਾਈ ਨਿਰਮਾਤਾ ਕੰਪਨੀਆਂ ਦੀ ਨਜ਼ਰ ਇਸ ਤੇ ਟिकी ਹੋਈ ਹੈ ਜੇਕਰ ਰੈਮਡੇਸੀਵਰ ਦਵਾਈ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਭਾਰਤੀ ਕੰਪਨੀਆਂ ਗਿਲੀਡ ਕੰਪਨੀ ਨਾਲ ਸਮਝੌਤਾ ਕਰ ਸਕਦੀਆਂ ਹਨ। ਤਾਰਾ ਪਟੇਲ ਕਹਿੰਦੇ ਹਨ ਕਿ ਇਹ ਸਰਕਾਰ ਦੇਖੇਗੀ ਕਿ ਇਹ ਕੰਪਨੀਆਂ ਕਫਾਇਤੀ ਮੁੱਲ ਤੇ ਦਵਾਈ ਨੂੰ ਬਣਾਉਣ ਦੇ ਯੋਗ ਹਨ ਤਾਂ ਹੀ ਜ਼ਰੂਰੀ ਲਾਇਸੈਂਸ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਕਹਿ ਕਿ ਜੇਕਰ ਕੋਈ ਉਤਪਾਦ ਬਹੁਤ ਜ਼ਰੂਰੀ ਹੈ ਤਾਂ ਰਾਸ਼ਟਰਪਤੀਦਰ ਤੇ ਫੈਸਲਾ ਲਿਆ ਜਾ ਸਕਦਾ ਹੈ। ਅਧਦੇਸ਼ ਕੋ ਲਾਜ਼ਮੀ ਲਾਇਸੈਂਸ ਦੇਣ ਦਾ ਪੂਰਾ ਹੱਕ ਹੁੰਦਾ ਹੈ। ਰਿਪੋਰਟ ਮੁਤਾਬਕ ਇਸ ਦਵਾਈ ਦੀ ਕਲੀਨਿਕਲ ਜਾਂਚ ਵਿੱਚ 1 ਆਇਆ ਹੈ ਕਿ ਪੀੜਤ ਮਰੀਜ਼ਾਂ ਵਿੱਚ ਇਸ ਮਹਾਮਾਰੀ ਦੇ ਲੱਛਣ 15 ਦਿਨਾਂ ਇਥਾਂ 11 ਦਿਨਾਂ ਚ ਲੱਛਣ ਦਿਸਣ ਲੱਗ ਜਾਂਦੇ ਹਨ ਹਾਲਾਂਕਿ ਇਸ ਦਵਾਈ ਤੇ ਹੋਈ ਜਾਂਚ ਸੰਬੰਧੀ ਮੁਕੰਮਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਮਹਾਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਦਵਾਈ ਸੰਬੰਧੀ ਦਾਅਵਿਆਂ ਦੀ ਪੁਸ਼ਟੀ ਹੁੰਦੀ ਹੈ ਤਾਂ ਇਹ ਮੌਜੂਦਾ ਸਮੇਂ ਦੀ ਸਭ ਤੋਂ ਬਿਹਤਰੀਨ ਖਬਰ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਦਵਾਈ ਇਸ ਬਿਮਾਰੀ ਲਈ ਜਾਦੂ ਵਾਲੀ ਪੁੜੀ ਵਾਂਗ ਨਹੀਂ ਹੈ ਇਸ ਦਵਾਈ ਨਾਲ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਹਸਪਤਾਲਾਂ ਤੇ ਬੋਝ ਨੂੰ ਘਟਾਇਆ ਜਾ ਸਕੇਗਾ ਅਤੇ ਕਈ ਥਾਵਾਂ ਤੇ ਲੋਕਡਾਊਨ ਵੀ ਹਟਾਇਆ ਜਾ ਸਕੇਗਾ ਸਸਲੇ ਦਵਾਈ ਇਬੋਲਾ ਦੇ ਇਲਾਜ ਲਈ ਵਿਕਸਿਤ ਕੀਤੀ ਗਈ ਸੀ ਇਹ ਇੱਕ ਐਂਟੀਵਾਇਰਲ ਦਵਾਈ ਹੈ ਕੋਈ ਵੀ ਵਾਇਰਸ ਜਦੋਂ ਕਿਸੇ ਮਨੁੱਖੀ ਸਰੀਰ ਵਿੱਚ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਆਪਣੇ ਵਰਗੇ ਹੋਰ ਵਾਇਰਸ ਜਾਨੀ ਕਿ ਆਪਣੇ ਰੈਪਲੀਕੇਟ ਤਿਆਰ ਕਰਦਾ ਹੈ ਅਤੇ انسان ਦੇ ਸਰੀਰ ਦੀਆਂ ਕੋਸ਼ਿਕਾਵਾਂ ਵਿੱਚ ਹੁੰਦਾ ਹੈ ਪਰ ਇਸ ਪ੍ਰਕਿਰਿਆ ਲਈ ਵਾਇਰਸ ਨੂੰ ਇੱਕ ਐਨਜ਼ਾਈਮ ਦੀ ਲੋੜ ਹੁੰਦੀ ਹੈ ਇਹ ਦਵਾਈ ਐਨਜ਼ਾਈਮ ਤੇ ਹਮਲਾ ਕਰਕੇ ਵਾਇਰਸ ਦੇ ਰਸਤੇ ਵਿੱਚ ਰੋੜਾ ਬਣਦੀ ਹੈ ਅਮਰੀਕਾ ਵਿੱਚ ਇਸ ਦਵਾਈ ਦਾ ਪ੍ਰੀਖਣ ਅਮਰੀਕਾ ਦੀ ਰਾਸ਼ਟਰੀ ਅਲਰਜੀ ਅਤੇ ਲਾਗ ਵਾਲੀ ਰੋਗ ਸੰਸਥਾ ਵਿੱਚ ਹੋਇਆ ਹੈ ਇਸ ਸਟਾਈਲ ਵਿੱਚ 1063 ਲੋਕਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਕੁਝ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ ਅਤੇ ਕਈਆਂ ਨੂੰ ਪੈਲੇਸੀਬੋ ਦਿੱਤੀ ਗਈ ਦਵਾਈਆਂ ਦੀ ਭਾਸ਼ਾ ਵਿੱਚ ਪਲੇਸੀਬੋ ਤੋਂ ਬਾਅਦ ਮੈਡੀਕਲ ਗੁਣਾ ਰਹਿਤ ਦਵਾਈ ਤੋਂ ਹੈ ਇਸ ਵਿੱਚ ਪਾਣੀ ਅਤੇ ਚੀਨੀ ਦੀਆਂ ਗੋਲੀਆਂ ਵਰਗੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ ਅਮਰੀਕਾ ਦੀ ਰਾਸ਼ਟਰੀ ਅਲਰਜੀ ਅਤੇ ਲਾਗ ਰੋਗ ਸੰਸਥਾ ਦੇ ਮੁਖੀ ਡਾਕਟਰ ਐਂਥਨੀ ਫੌਂਚੀ ਨੇ ਕਿਹਾ ਹੈ ਕਿ ਟ੍ਰਾਇਲ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਦਵਾਈ ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਮਰੀਜ਼ਾਂ ਦੇ ਠੀਕ ਹੋਣ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਦਵਾਈ ਵਾਇਰਸ ਨੂੰ ਬਲੌਕ ਕਰ ਸਕਦੀ ਹੈ ਉਹ ਦੱਸ ਰਹੇ ਹਨ ਕਿ ਉਹਨਾਂ ਕੋਲ ਹੁਣ ਇਹ ਰਸਤਾ ਹੋਵੇਗਾ ਕਿ ਅਸੀਂ ਮਰੀਜ਼ਾਂ ਦਾ ਇਲਾਜ ਕਰ ਸਕਦੇ ਹਾਂ ਹਾਲਾਂਕਿ ਇਸ ਦਵਾਈ ਦਾ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਤੇ ਕੋਈ ਸਪ ਦਵਾਈ ਦਿੱਤੀ ਗਈ ਉਹਨਾਂ ਵਿੱਚ ਮੌਤ ਦਰ 8% ਸੀ ਅਤੇ ਉੱਥੇ ਹੀ ਦੂਜੇ ਪਾਸੇ ਜਿੰਨਾਂ ਮਰੀਜ਼ਾਂ ਨੂੰ ਪਹਿਲੇ ਸੀਬੋ ਦਿੱਤੀ ਗਈ ਉਹਨਾਂ ਵਿੱਚ ਮੌਤ ਦਰ 11.6% ਸੀ ਪਰ ਇਹ ਨਤੀਜੇ ਅੰਕੜਿਆਂ ਦੇ ਆਧਾਰ 'ਤੇ ਅਹਿਮ ਨਹੀਂ ਹਨ ਇਸ ਦਾ ਮਤਲਬ ਇਹ ਹੈ ਕਿ ਵਿਗਿਆਨਿਕ ਦਰਸ਼ਨ ਵਿੱਚ ਅਸਮਰਥ ਹਨ ਕਿ ਮੌਤ ਦਰ ਵਿੱਚ ਜੋ ਅੰਤਰ ਹੈ ਉਸ ਦਾ ਮੁਲਾਂਕਣ ਸਹੀ ਹੈ ਜਾਂ ਨਹੀਂ ਇਹ ਵੀ ਸਪਸ਼ਟ ਨਹੀਂ ਹੈ ਕਿ ਕਿਸ ਨੂੰ ਲਾਭ ਹੋ ਰਿਹਾ ਹੈ ਕੀ ਇਹ ਦਵਾਈ ਉਹਨਾਂ ਲੋਕਾਂ ਨੂੰ ਜਲਦੀ ਠੀਕ ਹੋਣ ਵਿੱਚ ਮਦਦ ਕਰ ਸਕਦੀ ਹੈ ਜੋ ਕਿ ਬਿਨਾਂ ਦਵਾਈ ਦੇ ਵੀ ਠੀਕ ਹੋ ਜਾਂਦੇ ਹਨ ਇਹ ਦਵਾਈ ਕਿਸ ਉਮਰ ਵਰਗ ਦੇ ਲੋਕਾਂ ਦੇ ਕੰਮ ਕਰ ਰਹੀ ਹੈ ਇਹ ਕਈ ਵੱਡੇ ਸਵਾਲ ਹਨ ਇਹ ਦਵਾਈ ਨੌਜਵਾਨਾਂ ਜਾਂ ਬਜ਼ੁਰਗਾਂ ਦੇ ਵਧੇਰੇ ਕੰਮ ਕਰ ਰਹੀ ਹੈ ਜਾਂ ਫਿਰ ਇਹ ਬਿਮਾਰ ਜਾਂ ਸਿਹਤਮੰਦ ਲੋਕਾਂ ਵਿੱਚੋਂ ਕਿਸ ਤੇ ਵਧਿਆ ਕੰਮ ਕਰ ਰਹੀ ਹੈ ਕਿ ਮਰੀਜ਼ਾਂ ਨੂੰ ਸ਼ੁਰੂਆਤੀ ਪੱਧਰ ਤੇ ਹੀ ਵਿਸ਼ੇਸ਼ ਧਿਆਨ ਰੱਖਣਾ ਹੋਵੇ ਜਦੋਂ ਵਾਇਰਸ ਆਪਣੇ ਸਿਖਰ ਤੇ ਹੁੰਦਾ ਹੈ ਜਦੋਂ ਇਸ ਦਵਾਈ ਨਾਲ ਜੁੜੀ ਮੁਕੰਮਲ ਜਾਣਕਾਰੀ ਪੇਸ਼ ਕੀਤੀ ਜਾਵੇਗੀ ਤਾਂ ਇਸ ਤਰ੍ਹਾਂ ਦੇ ਵਿਸ਼ੇਸ਼ ਸਵਾਲਾਂ ਦੇ ਜਵਾਬ ਸਾਹਮਣੇ ਆਉਣਗੇ ਜਿੱਥੇ ਇੱਕ ਪਾਸੇ ਮਹਾਮਾਰੀ ਦੀ ਮਾਰ ਚੱਲ ਰਹੇ ਮਰੀਜ਼ਾਂ ਨੂੰ ਜ਼ਿੰਦਗੀਆਂ ਬਚਾਉਣ ਦੇ ਨਾਲ-ਨਾਲ ਲਾਕਡਾਊਨ ਹਟਾਏ ਜਾਣ ਵਾਲੇ ਫਾਇਦੇ ਵੀ ਹੋਣਗੇ ਲੰਡਨ ਦੇ ਯੂਸੀਐਸ ਕਾਲਜ ਵਿੱਚ MRC ਕਲੀਨਿਕਲ ਟਰਾਇਲ ਯੂਨਿਟ ਦੇ ਡਾਇਰੈਕਟਰ ਪ੍ਰੋਫੈਸਰ ਮਹੇਸ਼ ਪਰਮਾਰ ਦਾ ਕਹਿਣਾ ਹੈ ਕਿ ਇਸ ਦਵਾਈ ਦੇ ਵਿਆਪਕ ਤੌਰ ਤੇ ਪ੍ਰਾਪਤ ਹੋਣ ਤੋਂ ਪਹਿਲਾਂ ਕਈ ਤੱਥਾਂ ਦਾ ਸਪਸ਼ਟ ਹੋਣਾ ਲਾਜ਼ਮੀ ਹੈ ਇਸ ਨਾਲ ਜੁੜੇ ਡਾਟਾ ਅਤੇ ਨਤੀਜਿਆਂ ਦੀ ਸਮੀਖਿਆ ਕੀਤੀ ਜਾਣੀ ਜ਼ਰੂਰੀ ਹੈ ਤਾਂ ਜੋ ਇਸ ਡਰੱਗ ਲਈ ਲਾਇਸੈਂਸ ਜਾਰੀ ਕੀਤਾ ਜਾ ਸਕੇ ਇਸ ਦੇ ਨਾਲ ਹੀ ਵੱਖ-ਵੱਖ ਦੇਸ਼ਾਂ ਦੇ ਸਿਹਤ ਵਿਭਾਗਾਂ ਵੱਲੋਂ ਵੀ ਇਸ ਦਵਾਈ ਸੰਬੰਧੀ ਮੁਲਾਂਕਣ ਕਰਨ ਦੀ ਲੋੜ ਹੈ ਇਸ ਸਮੇਂ ਵਿਧਾਨ ਹੋ ਰਿਹਾ ਹੈ ਕਿ ਸਾਨੂੰ ਇਸ ਟ੍ਰਾਇਲ ਅਤੇ ਦੂਜੀ ਟ੍ਰਾਇਲ ਤੋਂ ਵਧੇਰੇ ਸਮੇਂ ਦਾ ਡਾਟਾ ਹਾਸਲ ਹੋਵੇਗਾ ਜਿਸ ਦੀ ਮਦਦ ਨਾਲ ਇਹ ਤੈਅ ਕੀਤਾ ਜਾ ਸਕੇਗਾ ਕਿ ਇਹ ਦਵਾਈ ਕੋਵਿਡ-19 ਨੂੰ ਵੀ ਰੋਕ ਸਕਦੀ ਹੈ ਜਾਂ ਨਹੀਂ ਜੇਕਰ ਇੱਕ ਦਵਾਈ ਮਰੀਜ਼ਾਂ ਨੂੰ ਆਈਸੀਯੂ ਵਿੱਚ ਜਾਣ ਤੋਂ ਰੋਕ ਸਕਦੀ ਹੈ ਤਾਂ ਇਸ ਨਾਲ ਹਸਪਤਾਲਾਂ ਦਾ ਬੋਝ ਜ਼ਾਹਿਰ ਤੌਰ ਤੇ ਘਟੇਗਾ ਇਸ ਨਾਲ ਸੋਸ਼ਲ ਡਿਸਟੈਂਸਿੰਗ ਦੀ ਜ਼ਰੂਰਤ ਘਟ ਕੀਤੀ ਜਾ ਸਕਦੀ ਹੈ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਹਾਰਬੀ ਇਸ ਸਮੇਂ ਕੋਵਿਡ-19 ਦੀ ਦਵਾਈ ਨੂੰ ਵੱਡੇ ਪੱਧਰ 'ਤੇ ਲੱਭਣ ਲਈ ਅਧਿਐਨ ਚਲਾ ਰਹੇ ਹਨ ਹੌਰਬੀ ਨੇ ਕਿਹਾ ਕਿ ਸਾਨੂੰ ਪੂਰੇ ਨਤੀਜੇ ਦੇਖਣ ਦੀ ਲੋੜ ਹੈ ਪਰ ਜੇ ਇਸ ਦਵਾਈ ਬਾਰੇ ਕੀਤੇ ਦਾਅਵਿਆਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਬਹੁਤ ਵਧੀਆ ਰਹੇਗਾ ਅਤੇ ਕੋਵਿਡ-19 ਵਿਰੁੱਧ ਚੱਲ ਰਹੀ ਲੜਾਈ ਵਿੱਚ ਇਹ ਬਹੁਤ ਚੰਗੀ ਖਬਰ ਹੈ ਇਸ ਤੋਂ ਬਾਅਦ ਅਗਲੇ ਕੁਝ ਕਦਮਾਂ ਵਿੱਚ ਇਸ ਨਾਲ ਜੁੜੀ ਜਾਣਕਾਰੀ ਨੂੰ ਸਾਂਝਾ ਕਰਨਾ ਤੇ ਇਸ ਕਾਰਵਾਈ ਨੂੰ ਸਾਰਿਆਂ ਲਈ ਉਪਲਬਧ ਕਰਨਾ ਸ਼ਾਮਲ ਹੈ ਜਦੋਂ ਇਸ ਦਵਾਈ ਬਾਰੇ ਅਮਰੀਕਾ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਉਸ ਵੇਲੇ ਚੀਨ ਵਿੱਚ ਇਸ ਦਵਾਈ ਬਾਰੇ ਕੀਤੇ ਗਏ ਟ੍ਰਾਇਲ ਦੀ ਰਿਪੋਰਟ ਲਾਸੈਂਟ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਰਿਪੋਰਟ ਅਨੁਸਾਰ ਇਹ ਦਵਾਈ ਬੇਅਸਰ ਸਾਬਿਤ ਹੋਈ ਹੈ ਹਾਲਕਿ ਚੀਨ ਵਿੱਚ ਇਹ ਦਵਾਈ ਦਾ ਟ੍ਰਾਇਲ ਅਧੂਰਾ ਰਹਿ ਦੇ ਕਾਰਨ ਚੀਨ ਵਿੱਚ ਮਰੀਜ਼ਾਂ ਦੀ ਗਿਣਤੀ ਘਟ ਗਈ ਸੀ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਛੂਤੀਆਂ ਬਿਮਾਰੀਆਂ ਦੇ ਮਾਹਰ ਪ੍ਰੋਫੈਸਰ ਬਾਬਕ ਕਜਾਵੀ ਦਾ ਕਹਿਣਾ ਹੈ ਕਿ ਅੰਕੜੇ ਬਹੁਤ ਵਧੀਆ ਹਨ ਪਰ ਕੋਵਿਡ-19 ਲਈ ਕੋਈ ਦਵਾਈ ਨਾ ਮਿਲਣ ਕਾਰਨ ਇਸ ਦਵਾਈ ਨੂੰ ਜਲਦੀ ਹੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਪਰ ਨਤੀਜੇ ਇਹ ਵੀ ਸਜਾਉਂਦੇ ਹਨ ਕਿ ਇਹ ਦਵਾਈ ਕੋਈ ਜਾਦੂ ਦੀ ਪੁੜੀ ਨਹੀਂ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਠੀਕ ਹੋਣ ਵਿੱਚ ਕੁਝ 30% ਫਾਇਦਾ ਹੈ ਇਸ ਦੇ ਨਾਲ ਹੀ ਕੋਵਿਡ-19 ਨੂੰ ਲੈ ਕੇ ਜਿਹੜੀਆਂ ਹੋਰ ਦਵਾਈਆਂ ਦੀ ਟੈਸਟਿੰਗ ਚੱਲ ਰਹੀ ਹੈ ਉਹਨਾਂ ਜੋ ਮਲੇਰੀਆ ਤੇ ਐਚਆਈਵੀ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ ਇਹਨਾਂ ਦਵਾਈਆਂ ਵਿੱਚ ਵਾਇਰਸ ਤੇ ਹਮਲਾ ਕਰਨ ਦੇ ਨਾਲ ਉਹ ਤੱਤ ਸ਼ਾਮਲ ਹੁੰਦੇ ਹਨ ਜੋ ਰੋਗ ਪ੍ਰਤੀਰੋਧ ਪ੍ਰਣਾਲੀ ਨੂੰ ਆਰਾਮ ਦਿੰਦੇ ਹਨ ਹਾਲਾਂਕਿ ਐਂਟੀਵਾਇਰਲ ਦਵਾਈਆਂ ਦੀ ਵਰਤੋਂ ਸ਼ੁਰੂਆਤੀ ਪੜਾਵਾਂ ਤੇ ਇਮਿਊਨ ਦਵਾਈਆਂ ਦੀ ਬਿਮਾਰੀ ਤੋਂ ਬਾਅਦ ਦੇ ਪੜਾਵਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ ਤਾਂ ਗਲੋਬ ਐਡਵਾਈਸ ਓਵਰਸੇਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀ ਵਿੱਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ